ਨੋਟੀਫਿਕੇਸ਼ਨ ਸਭ ਤੋਂ ਪਹਿਲੇ ਅਸੀਂ ਹੀ ਫਾੜਿਆ ਸੀ, ਅਸੀਂ ਉਹਨੂੰ ਕਿਹਾ ਸੀ ਵੀ ਨੋਟੀਫਿਕੇਸ਼ਨ ਇਹ ਜਸਟ ਇੱਕ ਦਿਖਾਵਾ ਜੀ। ਉਹ ਤੋਂ ਬਾਅਦ ਸਾਡੇ ਸੀਐਮ ਸਾਹਿਬ ਨੇ ਗੱਡੀ ਦੇ ਉੱਤੇ ਚੜ ਕੇ ਉਹ ਲੈ ਇੱਕ ਕਾਗਜ਼ ਨੂੰ ਐਵੇਂ ਦਿਖਾਉਂਦੇ ਹੋਏ ਇਸ਼ਾਰਿਆਂ ਨੇ ਕੀਤਾ ਵੀ ਕੁਛ ਮੁਲਾਜ਼ਮ ਜਿਹੜੇ ਸਾਡੇ ਨੋਟੀਫਿਕੇਸ਼ਨ ਨੂੰ ਐਂ ਕਰਕੇ ਫਾੜਤਾ ਸੀ, ਇਹ ਕੀਤਾ ਉਹ ਕੀਤਾ, ਵੀ ਤੁਹਾਨੂੰ ਰਿਐਕਟ ਕਰਨ ਦੀ ਕੀ ਲੋੜ ਆ, ਤੁਸੀਂ ਸੀਐਮ ਸਾਹਿਬ ਹੋ, ਤੁਹਾਨੂੰ ਤੁਹਾਨੂੰ ਅਸੀਂ ਇਹ ਕਿਹਾ, ਪਰ ਤੁਸੀਂ ਸਾਡੀ ਗੱਲ ਦਾ ਜੇ ਰਿਐਕਟ ਕਰਨਾ ਸੀ ਤੁਸੀਂ ਉਹਨੂੰ ਕਹਿੰਦੇ ਵੀ ਅਸੀਂ ਜਿਹੜੀ ਆ ਦੇਖੋ ਜੀ ਤੁਹਾਡਾ GPF ਕੱਟਣ ਲੱਗ ਗਿਆ, ਅਸੀਂ ਆਪੇ ਚੁੱਪ ਕਰ ਜਾਂਦੇ, ਲਓ ਜੀ ਤੁਹਾਨੂੰ ਜਿਹੜੇ ਬੰਦੇ ਰਿਟਾਇਰ ਉਹਨਾਂ ਨੂੰ ਪੁਰਾਣੀ ਪੈਨਸ਼ਨ ਮਿਲਣ ਲੱਗ ਗਈ, ਨਾ ਤੇ GPF ਕੱਟਿਆ, ਨਾ ਕੋਈ ਨੰਬਰ ਹੋਇਆ, ਨਾ ਹੀ ਉਹ ਕਿਸੇ ਨੂੰ ਪੈਨਸ਼ਨ ਮਿਲੀ। ਸੋ ਕਹਿਣ ਤੋਂ ਮਤਲਬ ਇਹ ਸੀਗਾ ਕਿ ਉਹ ਇੱਕ ਸਿਰਫ ਤੇ ਸਿਰਫ ਦਿਖਾਵਾ ਕੀਤਾ ਸੀ ਮੀਡੀਆ, ਉਹ ਹੁਣ ਜੱਗ ਦੇ ਵਿੱਚ ਜਿਹੜਾ ਉਹ ਨਿਕਲ ਗਿਆ ਵੀ ਇਹ ਜਿਹੜੀ ਉਹ ਨੋਟੀਫਿਕੇਸ਼ਨ ਨਹੀਂ ਸੀ, ਅਸੀਂ ਸੱਚੇ ਹੋ ਗਏ ਵੀ ਉਹ ਝੂਠ ਸੀਗਾ। ਸੋ ਇਸੇ ਤਰ੍ਹਾਂ ਝੂਠ ਦਾ ਬਿਰਤਾਂਤ ਜਿਹੜਾ ਰਿਵਿਊ ਕਰ ਰਹੇ ਨੇ, ਸੋ ਉਹ ਸਰਕਾਰ ਦੀ ਮਨਸ਼ਾ ਨਾ ਵੀ ਉਹ ਰਿਵਿਊ ਕਰ ਰਹੀਆਂ ਨੇ, ਪਰ ਬੇਸਿਕਲੀ ਜਿਨ੍ਹਾਂ ਨੇ ਵਾਅਦਾ ਕੀਤਾ ਸੀਗਾ, ਜਿਸ ਸਰਕਾਰ ਨੇ ਵਾਅਦਾ ਕੀਤਾ ਉਹਨੇ ਤਾਂ ਇੱਕ ਵਾਰੀ ਲਾਗੂ ਕਰਤੀ, ਹੁਣ ਜੇ ਉਹਨਾਂ ਦੇ ਵਿੱਚ ਦੂਜੀ ਸਰਕਾਰ ਗਈ ਉਹਨੂੰ ਰਿਵਿਊ ਕਰੇਗੀ, ਉਹਦੇ ਵਿੱਚ ਅੱਗੇ ਤੇ ਅੱਗੇ ਦੇਖਾਂਗੇ। ਸੋ ਵਾਅਦਾ ਇਹਨਾਂ ਨੇ ਵੀ ਕੀਤਾ ਸੀ, ਉਹਨਾਂ ਨੇ ਵੀ ਕੀਤਾ ਸੀ, ਉਹਨਾਂ ਨੇ ਕਰਤਾ, ਬੀਜੇਪੀ ਨੇ ਨਹੀਂ ਵਾਅਦਾ ਕੀਤਾ ਉਹਨੂੰ ਹਰਾਇਆ। ਕਰਦਾ ਹੁੰਦਾ ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜੀ, ਸਾਨੂੰ ਵੀ ਸਹਾਰਾ ਹੁੰਦਾ ਕਿ ਪੋਲੀਟੀਕਲ ਸਿਸਟਮ 'ਚ ਸਾਨੂੰ ਕੋਈ ਜਿਹੜੀ ਆ ਸਪੋਰਟ ਕਰੇ ਜੀ। ਸੋ ਜਦੋਂ ਅਸੀਂ ਵਿਧਾਨ ਸਭਾ ਘੇਰੀ ਸੀ, ਅਸੀਂ ਆਹ ਜਗ੍ਹਾ ਬਿਲਕੁਲ ਆ ਬਿਲਡਿੰਗ ਦੇ ਸਾਹਮਣੇ ਪੁਲ ਦੇ ਉੱਤੇ ਆ ਕੇ ਖੜ ਗਏ ਸੀ, ਸਾਹਮਣੇ ਦਰਵਾਜ਼ਾ ਸੀ, ਜਦੋਂ ਸਪੀਕਰਾਂ ਦੇ ਮੂੰਹ ਹੋ ਕੇ ਨਾਰੇ ਲੱਗੇ ਹਾਂਜੀ, ਤਾਂ ਕਾਂਗਰਸ ਹੀ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ, ਉਹ ਬੈਕਡੋਰ ਤੋਂ ਬਾਹਰ ਭੱਜ ਗਈ ਜੀ, ਲੇਕਿਨ ਇਹੀ ਆਮ ਆਦਮੀ ਪਾਰਟੀ ਦੇ ਇਹੀ ਵਿੱਤ ਮੰਤਰੀ, ਇਹੀ ਇਹਨਾਂ ਦੇ ਮੰਤਰੀ ਸਾਹਿਬ ਇੱਥੇ ਜਿਹੜੇ ਆ ਪੁਲ ਦੇ ਉੱਪਰ ਆ ਕੇ ਸਾਡੇ ਕੋਲ ਟਾਈਮ ਮੰਗ ਰਹੇ ਸੀਗੇ ਕਿ ਸਾਨੂੰ ਟਾਈਮ ਦਾ ਸੀ ਕਿ ਵੀ ਇਹ ਪੋਲੀਟੀਕਲ ਜਿਹੜਾ ਹੈਗਾ ਨਹੀਂ ਆ ਸਟੇਜ, ਸੋ ਤੁਸੀਂ ਸਾਡੀ ਗੱਲ ਇੰਨੀ ਅਸੀਂ ਬੇਨਤੀ ਹੈ ਕਿ ਵਿਧਾਨ ਸਭਾ 'ਚ ਕਰੋ, ਤਾਂ ਉੱਥੇ ਸਾਰਿਆਂ ਨੇ ਆ ਕੇ ਸਾਡੇ ਨਾਲ ਖੜੇ, ਸਾਨੂੰ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਮੰਗਾਂ ਖਾਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਅਸੀਂ ਲਾਗੂ ਕਰਾਂਗੇ, ਤੁਸੀਂ ਨਿਸ਼ਚਿੰਤ ਰਹੋ, ਸਾਨੂੰ ਵੋਟਾਂ ਪਾਓ। ਇਸੇ ਤਰ੍ਹਾਂ ਹੁਣ ਜਦੋਂ ਅਸੀਂ ਮਾਰਚ ਕੀਤਾ, ਇਸੀ ਸਰਕਾਰ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ, ਸੈਕਟਰੀਏਟ ਦੇ ਇੱਥੇ ਹੀ ਸਾਨੂੰ ਘੇਰ ਲਿਆ, ਅੱਗੇ ਨਹੀਂ ਵਧਣ ਦਿੱਤਾ, ਤੇ ਇੱਥੇ ਉਹੀ ਕਾਂਗਰਸ ਦੇ ਲੀਡਰ ਜਿਹੜੇ ਉਹਨੂੰ ਉਹੀ ਉਹਨਾਂ ਨੂੰ ਜਿਹੜੇ ਅੰਦਰ ਬੈਠੇ ਹੋਏ ਸੀਗੇ ਤੇ ਉਹ ਆ ਕੇ ਸਾਡੀ ਤੁਹਾਡੇ ਨਾਲ ਖੜ ਗਏ, ਸਾਡੇ ਕੋਲ ਖੜ ਗਏ। ਇਹ ਇੱਕ ਵਰਤਾਰਾ ਹੁੰਦਾ ਕਿ ਤੁਸੀਂ ਆਪਣੇ ਟਾਈਮ, ਉਹਨਾਂ ਨੇ ਆ ਕੇ ਕਿਹਾ ਵੀ ਸਾਡੀਆਂ ਜਿਹੜੀਆਂ ਨੇਬਰਿੰਗ ਸਟੇਟ ਆ ਜਿੱਥੇ ਸਾਡੀਆਂ ਸਰਕਾਰਾਂ, ਅਸੀਂ ਤੇ ਪੁਰਾਣੀ ਪੈਨਸ਼ਨ ਲਾਗੂ ਕਰਤੀ, ਸਾਡੇ ਵਾਅਦੇ, ਅਸੀਂ ਤੇ ਵਾਅਦੇ ਪੂਰੇ ਕੀਤੇ, ਆਹ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਇਹਨਾਂ ਨੇ ਪੂਰਾ ਨਹੀਂ ਕੀਤਾ। ਸੋ ਗੱਲ ਇਹ ਆ ਕਿ ਵਰਤਾਰਾ ਇਹ ਪੋਲੀਟੀਕਲ ਇੱਕ ਸਿਸਟਮ ਆ, ਮੈਂ ਬਾਰ ਬਾਰ ਕਹਿੰਦਾ ਜਿੰਨੀ ਦੇਰ ਤੱਕ ਆ ਪੋਲੀਟੀਕਲ ਸਿਸਟਮ ਸਮਝ ਕੇ ਲੜਾਈ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ, ਉਨੀ ਦੇਰ ਤੱਕ ਕਿਸੇ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਸੋ ਸਾਡੀ ਸੋਚ ਕੀ ਹੁੰਦੀ, ਸਾਡੇ ਵਿੱਚ ਵਰਗੀਕਰਨ ਹੋਇਆ, ਵਰਗੀਕਰਨ ਕੀ ਆ ਕਿ ਪੁਰਾਣੀ ਪੈਨਸ਼ਨ ਵਾਲਾ ਕਹਿੰਦਾ ਨਹੀਂ ਓਨਲੀ OPS, ਦੂਜਾ ਕਹਿੰਦਾ ਨਹੀਂ ਮੈਨੂੰ OPS ਦਾ ਫਾਇਦਾ, ਮੈਨੂੰ ਸਿਰਫ ਤੇ ਸਿਰਫ DA ਦਿੱਤਾ ਜਾਵੇ, ਕੱਚਾ ਮੁਲਾਜ਼ਮ ਕਹਿੰਦਾ ਯਾਰ ਤੁਸੀਂ ਤੇ ਮੋਟੀਆ ਤਨਖਾਹਾਂ ਲੈਂਦੇ, ਤੁਸੀਂ DA ਕਰੀ ਜਾਂਦੇ, ਤੂੰ ਪੁਰਾਣੀ ਪੈਨਸ਼ਨ, ਸਾਡੇ ਬਾਰੇ ਵੀ ਸੋਚੋ, ਅਸੀਂ ਨਿਗੂਣੀਆਂ ਤਨਖਾਹ ਲੈਂਦੇ, ਸਾਨੂੰ ਪੱਕਾ ਕਰੋ। ਆਊਟਸੋਰਸ ਵਾਲਾ ਕਹਿੰਦਾ ਜਾਂ ਸਾਰਾ ਕੁਝ ਕਰ ਲਓ, ਅਸੀਂ ਤਾਂ ਕਿਸੇ ਨਾ ਘਰ ਦੇ ਨਾ ਘਾੜ ਦੇ, ਸਾਡੇ ਬਾਰੇ ਸੋਚ ਲਓ। ਉਹ ਇੱਕ ਗ੍ਰਹਿ ਯੁੱਧ ਵਾਂਗੂ ਆਪਸੀ ਲੜਾਈ ਦੇ ਜਿਹੜੀ ਆ ਉਹ ਪਈ ਰਹਿੰਦੀ ਆ। ਸੋ ਸਿਸਟਮ ਇਹ ਆ ਕਿ ਇਹਨਾਂ ਨੂੰ ਵੰਡ ਕੇ ਰੱਖੋ, ਇਕੱਠੇ ਨਾ ਹੋਣ, ਤੇ ਇਹ ਲੜਾਈ ਜਿਹੜੀ ਆ ਅੱਗੇ ਨਾ ਜਾਵੇ। ਜਦੋਂ ਨੈਗੋਸ਼ੀਏਸ਼ਨ ਹੁੰਦੀ ਆ ਸਰਕਾਰਾਂ ਨਾਲ, ਤੇ ਕੁਝ ਮੰਗਾਂ ਤੇ ਸਹਿਮਤੀ ਬਣ ਜਾਂਦੀ, ਕੁਝ ਤੇ ਨਹੀਂ। ਜਿਨ੍ਹਾਂ ਦੀ ਸਹਿਮਤੀ ਬਣ ਗਈ ਉਹ ਮੁਲਾਜ਼ਮ ਆਗੂਆਂ ਨੂੰ ਜਾਂ ਮੁਲਾਜ਼ਮ ਜਥੇਬੰਦੀਆਂ ਨੂੰ ਥੈਂਕਸ ਨਹੀਂ ਕਹਿੰਦਾ, ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਗਾਲੀ ਗਲੋਚ ਕਰਨ ਲੱਗ ਗਿਆ। ਸੋ ਇਹ ਇੱਕ ਮੁਲਾਜ਼ਮ ਵਰਗ ਦਾ ਨਹੀਂ, ਇਹ ਕਿਸਾਨ ਵਰਗ ਦਾ ਵੀ ਇਹੀ ਹਾਲ ਹੈ, ਮਜ਼ਦੂਰ ਵਰਗ ਦਾ ਵੀ ਇਹੀ ਹਾਲ ਹੈ। ਇਹ ਜਿੰਨੀ ਦੇਰ ਤੱਕ ਵਰਗੀਕਰਨ ਖਤਮ ਹੋ ਕੇ ਇੱਕ ਪਲੇਟਫਾਰਮ ਤੇ ਇਸ ਸਿਸਟਮ ਦੇ ਵਿਰੁੱਧ ਨਹੀਂ ਲੜਾਂਗੇ, ਉਨੀ ਦੇਰ ਤੱਕ ਕਿਸੇ ਨੂੰ ਕੁਛ ਪ੍ਰਾਪਤ